ਛੋਟੇ ਹੁੰਦਿਆਂ ਪਾਪਾ ਬਿਠਾ ਦਿੰਦੇ ਹੁੰਦੇ ਸੀ ਘੋੜੀਆਂ 'ਤੇ, ਉਦੋਂ ਤਾਂ ਐਂ ਸੀ ਕਿ ਅਟੈਚਮੈਂਟ ਹੁੰਦੀ ਸੀ, ਜਿਵੇਂ ਜਿਵੇਂ ਵੱਡੇ ਹੋਈ ਗਏ ਤਾਂ ਸ਼ੌਂਕ ਪੈ ਗਿਆ ਇਹਨਾਂ ਦਾ। ਸਾਡਾ ਫੈਮਿਲੀ ਮੈਂਬਰ ਹੀ ਆ, ਮਤਲਬ ਸਾਨੂੰ ਕਈ ਲੋਕ ਆ ਕੇ ਇਹ ਵੀ ਪੁੱਛਦੇ ਆ ਕਿ ਇਹਦੀ ਕੀ ਕੀਮਤ ਆ, ਤਾਂ ਉੱਥੇ ਸਾਡਾ ਇਹੀ ਰਿਐਕਸ਼ਨ ਹੁੰਦਾ ਕਿ ਇਹ ਸਵਾਲ ਨਾ ਹੀ ਕਰਿਆ ਕਰੋ। ਦੀ ਹਾਈਟ ਹੀ 65 ਪਲੱਸ ਹੈ ਜੀ ਉੱਪਰਾ, ਤੇ ਆਪਾਂ ਤੁਸੀਂ ਅਕਸਰ ਹੀ ਸੁਣਿਆ ਹੋਊਗਾ ਘੋੜਾ ਤੇ ਫੋੜਾ ਪਲੋਸਿਆਂ ਹੀ ਵੱਧਦੇ ਆ, ਤੇ ਉਹ ਆਏ ਆ ਕਿ ਜਿੰਨਾ ਇੱਥੇ ਹੱਥ ਮਾਰਾਂਗੇ, ਜਿੰਨੀ ਇਹਦੀ ਮਾਲਿਸ਼ ਕਰਾਂਗੇ, ਉਨੀ ਇਹਦੀ ਸਕਿਨ ਕੋਟ ਵਧੀਆ ਹੋਊਗਾ। ਮਾਰਵਾੜੀ ਬਰੀਡ ਦੀ ਸਪੈਸ਼ਲਿਟੀ ਇਹ ਆ, ਇਹਨਾਂ ਦੇ ਕੰਨ 'ਚ ਹਾਰਟ ਸ਼ੇਪਡ ਹੁੰਦੇ ਆ, ਇਹਨਾਂ ਦੇ ਕੰਨ ਦੇ ਵਿਚਕਾਰ ਦਿਲ ਬਣਦਾ। ਪੰਜਾਬੀ ਆਪਣੇ ਸ਼ੌਂਕ ਲਈ ਜਾਣੇ ਜਾਂਦੇ ਨੇ ਦੁਨੀਆ ਭਰ ਦੇ ਵਿੱਚ, ਗੱਡੀਆਂ ਰੱਖਣ ਦਾ ਹੋਵੇ, ਕੱਪੜੇ ਪਾਉਣ ਦਾ ਹੋਵੇ, ਜਾਂ ਫਿਰ ਘੋੜੀਆਂ ਰੱਖਣ ਦਾ ਹੋਵੇ। ਅਤੇ ਜੇਕਰ ਘੋੜੀਆਂ ਦਾ ਸ਼ੌਂਕ ਹੋਵੇ, ਉਹਨਾਂ ਨੌਜਵਾਨਾਂ ਦੇ ਨਾਲ ਗੱਲ ਕਰਨੀ ਤਾਂ ਫਿਰ ਬਣਦੀ ਹੈ ਵੀ ਉਹਨਾਂ ਦੇ ਅੰਦਰ ਇਹ ਸ਼ੌਂਕ ਕਿਵੇਂ ਹੈ, ਕਿ ਜਿੰਨਾ ਉਹ ਆਪ ਤਿਆਰ ਹੋ ਕੇ ਰਹਿੰਦੇ ਨੇ ਉਹ ਤੋਂ ਕਿਤੇ ਵੱਧ ਆਪਣੀ ਘੋੜਾ ਜਾਂ ਘੋੜੀ ਦੇ ਉੱਤੇ ਉਹ ਪੂਰੀ ਜੀ ਜਾਨ ਦੇ ਨਾਲ ਮਿਹਨਤ ਲਾਉਂਦੇ ਨੇ ਵੀ ਉਹਦੀ ਦਿੱਖ 'ਚ ਕੋਈ ਕਮੀ ਨਾ ਰਹਿ ਜੇ। ਅਸੀਂ ਜਦੋਂ ਅੱਜ ਮੁਕਤਸਰ ਦੇ ਵਿੱਚ ਘੋੜਿਆਂ ਦੇ ਮੇਲੇ 'ਚ ਆਏ ਤਾਂ ਅਜਿਹਾ ਹੀ ਇੱਕ ਪਰਿਵਾਰ ਅਸੀਂ ਵੇਖਿਆ ਜਿਹੜਾ ਸਾਰਾ ਦਿਨ ਇੱਥੇ ਘੋੜੇ ਦੇ ਨਾਲ ਹੀ ਲੱਗਿਆ ਰਹਿੰਦਾ, ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ। ਇਹ ਸਿਵਲਿੰਗਸ ਨੇ ਸਾਰੇ ਆਪਸ ਦੇ ਵਿੱਚ, ਅਤੇ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਆ ਉਹ ਇੱਥੇ ਆਈ ਹੋਈ ਆ ਆਪਣਾ ਮਾਰਵਾੜੀ ਘੋੜਾ ਲੈ ਕੇ, ਜਿਸ ਦਾ ਨਾਮ ਸ਼ਾਨ ਹੈ, ਅਤੇ ਸਾਰੇ ਸ਼ਾਨ ਦੀ ਸ਼ਾਨ ਵਧਾਉਣ ਦੇ ਵਿੱਚ ਲੱਗੇ ਹੋਏ ਸੀਗੇ, ਅਤੇ ਇਹਨਾਂ ਨਾਲ ਹੀ ਗੱਲਬਾਤ ਕਰਦੇ। ਸਭ ਤੋਂ ਪਹਿਲਾਂ ਕੋਮਲ, ਕੁੜੀਆਂ ਦੇ ਲਈ ਇਹ ਸ਼ੌਂਕ ਕਿਵੇਂ ਪੈਦਾ ਹੋ ਗਿਆ, ਘਰ ਦੇ ਵਿੱਚ ਕਿਸ ਤਰੀਕੇ ਤੁਹਾਨੂੰ ਤੁਸੀਂ ਵੇਖਿਆ, ਕੀ ਮਹਿਸੂਸ ਕੀਤਾ, ਉਸ ਤੋਂ ਬਾਅਦ ਸ਼ਾਨ ਦੇ ਨਾਲ ਇੰਨਾ ਪਿਆਰ ਪਿਆ? ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਟੈਂਟ 'ਤੇ ਆਏ। ਅਤੇ ਸੈਕਿੰਡਲੀ ਕਿ ਸਾਡੇ ਘਰ ਇੱਦਾਂ ਕਿ ਕੁੜੀਆਂ ਅਤੇ ਮੁੰਡਿਆਂ ਨੂੰ ਬਰਾਬਰ ਸਮਝਿਆ ਜਾਂਦਾ, ਕਿ ਸਾਨੂੰ ਸ਼ੁਰੂ ਤੋਂ ਕਦੇ ਵੀ ਰੋਕ ਟੋਕ ਨਹੀਂ ਕੀਤੀ। ਐਂਡ ਘਰ ਘੋੜੀਆਂ ਰੱਖੀਆਂ ਹੁੰਦੀਆਂ ਸੀਗੀਆਂ ਤਾਂ ਅਸੀਂ ਇਹਨਾਂ 'ਚ ਜਾਂਦੇ ਸੀ, ਕੋਲ ਹੀ ਸਾਡੇ ਇੱਕ ਮੇਲਾ ਲੱਗਦਾ ਹੁੰਦਾ ਸੀ, ਸਰਕਾਰੀ ਸ਼ੋਅ ਹੁੰਦਾ ਸੀਗਾ ਗੌਰਮੈਂਟ ਕਾਲਜ 'ਚ, ਅਤੇ ਉਹਦੇ ਉੱਥੇ ਅਸੀਂ ਸਾਰੇ ਜਾਂਦੇ ਹੁੰਦੇ ਸੀ। ਉੱਥੋਂ ਫਿਰ ਸਾਨੂੰ ਸ਼ੌਂਕ ਪੈ ਗਿਆ ਘੋੜਿਆਂ ਦਾ। ਹਾਂਜੀ, ਠੀਕ ਹੈ। ਹੁਣ ਫਿਰ ਕਿੰਨੀ ਮਿਹਨਤ ਲਾਉਂਦੇ ਹੋ ਸ਼ਾਨ ਦੇ ਪਿੱਛੇ ਦਿਨ ਰਾਤ? ਮਿਹਨਤ ਇਹਦੀ ਚੱਲਦੀ ਰਹਿੰਦੀ ਹੈ, ਮਤਲਬ ਸੁਬਹਾ ਵੀ ਇਹਦੀ ਗਰੂਮਿੰਗ ਕਰਨੀ, ਸ਼ਾਮ ਨੂੰ ਵੀ, ਅਤੇ ਜਦੋਂ ਸ਼ੋਜ਼ ਹੁੰਦੇ ਆ ਉਹ ਤਾਂ ਸਾਰਾ ਸਾਰਾ ਦਿਨ ਵੀ ਲੱਗੇ ਰਹਿੰਦੇ ਹਾਂ ਅਸੀਂ, ਰਾਤ ਨੂੰ ਵੀ ਲੱਗੀ ਰਹਿੰਦੇ ਹਾਂ, ਕਿਉਂਕਿ ਆਪਣੇ ਕੋਲ ਇੱਕ ਹੀ ਘੋੜਾ ਤਾਂ ਉਹਨੂੰ ਜੇ ਮੇਨਟੇਨ ਨਹੀਂ ਕਰਕੇ ਰੱਖ ਸਕਦੇ ਤਾਂ ਫਿਰ ਕੀ ਕਰਾਂਗੇ। ਤੁਸੀਂ ਬਚਪਨ ਤੋਂ ਫਿਰ ਘੋੜੇ ਦੇ ਨਾਲ ਜੁੜੇ ਹੋਏ ਹੋ, ਜਾਂ ਫਿਰ ਬਾਅਦ ਦੇ ਵਿੱਚ ਹੌਲੀ ਹੌਲੀ ਸਮਝ ਆਈ ਵੀ ਨਹੀਂ ਇਹ ਵਧੀਆ ਚੀਜ਼ ਹੈ? ਨਹੀਂ, ਮਤਲਬ ਛੋਟੇ ਹੁੰਦਿਆਂ ਪਾਪਾ ਬਿਠਾ ਦਿੰਦੇ ਹੁੰਦੇ ਸੀ ਘੋੜੀਆਂ 'ਤੇ, ਉਦੋਂ ਤਾਂ ਐਂ ਸੀ ਕਿ ਅਟੈਚਮੈਂਟ ਹੁੰਦੀ ਸੀ, ਜਿਵੇਂ ਜਿਵੇਂ ਵੱਡੇ ਹੋਈ ਗਏ ਤਾਂ ਸ਼ੌਂਕ ਪੈ ਗਿਆ ਇਹਨਾਂ ਦਾ। ਹੁਣ ਫਿਰ ਹਾਰਸ ਰਾਈਡਿੰਗ ਕਰ ਲੈਂਦੇ ਹੋ? ਹਾਂਜੀ, ਠੀਕ ਹੈ। ਕਦੇ ਕੰਪੀਟੀਸ਼ਨ 'ਚ ਵੀ ਜਾ ਰਹੇ ਹੋ ਕਿਸੇ ਅੱਗੇ? ਮਤਲਬ ਨਹੀਂ, ਹਜੇ ਪ੍ਰੋਫੈਸ਼ਨਲ ਰਾਈਡਿੰਗ ਨਹੀਂ, ਸ਼ੌਂਕ ਨੂੰ ਗੇੜਾ ਕੱਢ ਲਈਦਾ। ਪਿਛਲੀ ਵਾਰੀ ਮੈਂ ਇੱਥੇ ਰਾਈਡ ਕੀਤੀ ਸੀਗੀ ਸ਼੍ਰੀ ਮੁਕਤਸਰ ਸਾਹਿਬ ਘੋੜੀ, ਆਪਣੀ ਘੋੜੀ ਨੂਰ 'ਤੇ, ਤਾਂ ਉੱਦਾਂ ਰਾਈਡਿੰਗ ਮੈਨੂੰ ਆਉਂਦੀ ਹੈ ਸਾਰੀ, ਬਟ ਜੋ ਪ੍ਰੋਫੈਸ਼ਨਲ ਵਾਲੀ ਹੁੰਦੀ ਹੈ ਉਹਦੀ ਮੈਂ ਹਜੇ ਟ੍ਰੇਨਿੰਗ ਨਹੀਂ ਲਈ। ਤੁਸੀਂ ਫਿਰ ਕੀ ਕਹਿਣਾ ਚਾਹੋਗੇ, ਤੁਹਾਨੂੰ ਕਿਵੇਂ ਸ਼ੌਂਕ ਪਿਆ, ਭੈਣ ਦੇ ਨਾਲ, ਭਰਾ ਦੇ ਨਾਲ ਹੀ? ਅਸੀਂ ਸਭ ਚਾਰੋਂ, ਮਤਲਬ ਜਿਵੇਂ ਕੋਮਲ ਨੇ ਦੱਸਿਆ ਕਿ ਸਾਡੇ ਘਰ ਦੇ ਨੇੜੇ ਮੇਲਾ ਲੱਗਦਾ ਹੁੰਦਾ ਸੀ, ਤਾਂ ਅਸੀਂ ਸੁਬਹ ਹੀ ਤਿਆਰ ਹੋ ਕੇ ਸਭ ਨੇ ਚਲੇ ਜਾਣਾ, ਫਿਰ ਉੱਥੇ ਹੋਰ ਸਾਰੇ ਪਸ਼ੂ ਘੋੜਿਆ ਸਭ ਦੇਖਦੇ ਰਹਿੰਦੇ ਸੀ, ਫਿਰ ਉੱਥੇ ਸ਼ੌਂਕ ਪੈਣ ਲੱਗ ਗਿਆ। ਬਾਕੀ ਸਾਡੇ ਘਰ ਵੀ ਮਤਲਬ ਬਹੁਤ ਟਾਈਮ ਤੋਂ ਘੋੜੀਆਂ ਰੱਖੀਆਂ ਹੋਈਆਂ ਨੇ, ਫਿਰ ਇੱਦਾਂ ਇੱਦਾਂ ਸ਼ੌਂਕ ਵੱਧਦਾ ਵੱਧਦਾ ਗਿਆ। ਠੀਕ ਹੈ। ਇੱਕ ਮੈਂ ਫੀਲਿੰਗ ਤੁਹਾਡੀ ਜਾਣਨੀ ਚਾਹੂੰਗੀ ਵੀ ਕਿਸ ਤਰੀਕੇ ਦੀ ਫੀਲਿੰਗ ਹੈ, ਕਿਉਂਕਿ ਵੈਸੇ ਇਹਨੂੰ ਜਾਨਵਰ ਕਿਹਾ ਜਾਂਦਾ, ਪਰ ਤੁਹਾਡੇ ਲਈ ਮੈਨੂੰ ਲੱਗਦਾ ਵੀ ਘਰ ਦੇ ਇੱਕ ਫੈਮਿਲੀ ਮੈਂਬਰ ਉਹ ਬਣ ਜਾਂਦਾ, ਹੈ ਨਾ? ਕਿਸ ਤਰੀਕੇ ਦੀ ਫੀਲਿੰਗ ਹੈ ਸ਼ਾਨ ਨੂੰ ਲੈ ਕੇ?
ਸ਼ਾਨ ਨੂੰ ਲੈ ਕੇ ਬਹੁਤ ਅੱਛੀ ਫੀਲਿੰਗ ਹੈ, ਜਿਵੇਂ ਕਿ ਤੁਸੀਂ ਦੇਖ ਹੀ ਲਿਆਓਗਾ, ਇਹ ਤਾਂ ਸਾਡਾ ਫੈਮਿਲੀ ਮੈਂਬਰ ਹੀ ਆ। ਮਤਲਬ ਸਾਨੂੰ ਕਈ ਲੋਕ ਆ ਕੇ ਇਹ ਵੀ ਪੁੱਛਦੇ ਆ ਕਿ ਇਹਦੀ ਕੀ ਕੀਮਤ ਆ, ਤਾਂ ਉੱਥੇ ਸਾਡਾ ਇਹੀ ਰਿਐਕਸ਼ਨ ਹੁੰਦਾ ਕਿ ਇਹ ਸਵਾਲ ਨਾ ਹੀ ਕਰਿਆ ਕਰੋ, ਕਿਉਂਕਿ ਇਹ ਲਾਈਫ ਟਾਈਮ ਆਪਣੇ ਘਰ ਹੀ ਰਹੂਗਾ। ਤਾਂ ਉੱਦਾਂ ਵੀ ਆਪਣਾ ਸ਼ਾਨ ਫੈਮਿਲੀ ਮੈਂਬਰ, ਇਹਨੂੰ ਘਰ ਹੀ ਰੱਖਦੇ ਹਾਂ ਆਪਾਂ। ਦੂਜੇ ਸਾਰੇ ਜਾਨਵਰ ਫਾਰਮ 'ਚ ਹੁੰਦੇ ਆ, ਬਟ ਇਹ ਕੁੜ ਆਪਾਂ ਘਰ ਰੱਖਦੇ ਹਾਂ, ਕਿਉਂਕਿ ਇਹਦਾ ਵੀ ਆਪਣੇ ਨਾਲ ਜ਼ਿਆਦਾ ਮੋਹ ਆ ਅਤੇ ਆਪਣਾ ਵੀ ਇਹਦੇ ਨਾਲ। ਠੀਕ ਹੈ ਭਾਅ ਜੀ, ਤੁਸੀਂ ਵੱਡੇ ਹੋ, ਤੁਸੀਂ ਕਦੋਂ ਤੋਂ ਸ਼ਾਨ ਦੇ ਨਾਲ ਜੁੜੇ ਹੋਏ ਹੋ? ਅਸੀਂ ਪਹਿਲਾਂ ਤਾਂ ਥੋੜ੍ਹਾ ਜੀ ਐਂ ਕਰਦੇ ਸੀ ਸਾਡੇ ਟੈਂਟ 'ਤੇ, ਅਤੇ ਸ਼ਾਨ ਨਾਲ ਅਸੀਂ 2019 'ਚ ਬਾਈਕ ਕੀਤਾ ਸੀਗੇ। ਉਹ ਵੀ ਸਾਡੇ ਬਹੁਤ ਹੀ ਕਰੀਬੀ ਸਾਡੇ ਫੈਮਿਲੀ ਫਰੈਂਡਸ ਆ, ਜਿਹਨਾਂ ਘਰ ਇਹਨੇ ਜਨਮ ਲਿਆ ਸੀਗਾ। ਅਤੇ ਜਦੋਂ ਇਹਨੇ ਜਨਮ ਲਿਆ ਸੀ, ਅਸੀਂ ਉਦੋਂ ਤੋਂ ਹੀ ਵੀ ਧਾਰ ਲਿਆ ਸੀ ਵੀ ਅਸੀਂ ਇਹਨੂੰ ਅਸੀਂ ਹੀ ਬਾਏ ਕਰਾਂਗੇ, ਕਿਸੇ ਹੋਰ ਨੂੰ ਨਾ ਤੁਸੀਂ ਦਿਓ। ਅਤੇ ਜਦ ਇਹ 6-7 ਮਹੀਨੇ ਦਾ ਹੋ ਗਿਆ ਸੀ, ਆਪਣੇ ਮੰਮਾ ਦੇ ਵੀ ਮੈਂ ਦੁੱਧ ਛਡਾਤਾ ਸੀ ਜਦੋਂ ਇਹਦਾ, ਉਦੋਂ ਅਸੀਂ ਆਪਦੇ ਘਰ ਲੈ ਸੀ, ਅਤੇ ਉਦੋਂ ਤੋਂ ਅੱਜ ਤੱਕ ਅਸੀਂ ਸ਼ਾਨ ਨਾਲ ਜੁੜੇ ਹਾਂ। ਹੁਣ ਇਹਦੀ ਖਾਸੀਅਤ ਕੀ ਆ ਮੈਨੂੰ ਉਹ ਦੱਸੋ, ਵੀ ਇਹ ਮਾਰਵਾੜੀ ਹੈ, ਮਾਰਵਾੜੀ ਨਸਲ ਬਹੁਤ ਫੇਮਸ ਹੈ, ਅਤੇ ਕਿੰਨੀ ਇਹਦੀ ਹਾਈਟ ਹੈ, ਕਿੰਨੇ ਸਾਲ ਦਾ? ਇਹਦੀ ਹਾਈਟ ਹੀ 65+ ਹੈ ਜੀ, ਉੱਪਰ ਆ, ਅਤੇ ਏਜ ਇਹਦੀ 5.5 ਸਾਲ ਹੋ ਗਈ ਹੈ ਜੀ। ਠੀਕ ਹੈ ਜੀ, ਅਤੇ ਇਹਦੇ ਫਾਦਰ ਦਾ ਨਾਮ ਦਿਲਸ਼ਾਨ ਹੈ, ਜੋ ਇੱਕ ਬਹੁਤ ਹੀ ਵਧੀਆ ਮਾਰਵਾੜੀ ਘੋੜਾ ਇਸ ਟਾਈਮ ਰਾਜਸਥਾਨ 'ਚ ਹੈ। ਠੀਕ ਹੈ ਜੀ, ਅਤੇ ਕਾਫੀ ਸ਼ੋਅ ਇਹ ਜਿੱਤ ਚੁੱਕਿਆ। ਠੀਕ ਹੈ ਜੀ, ਅਤੇ ਜਿਹਨੂੰ ਕਹਿ ਲਈ ਵੀ ਇੱਕ ਪ੍ਰੋਪਰ ਮਾਰਵਾੜੀ ਕਰੈਕਟਰ ਦਾ ਇਹ ਘੋੜਾ ਆ। ਠੀਕ ਹੈ, ਅਤੇ ਪਿਓਰ ਮਾਰਵਾੜ ਵੀ ਪੂਰਾ ਪ੍ਰੋਪਰ ਮਾਰਵਾੜੀ ਕਰੈਕਟਰ ਦਾ ਘੋੜਾ ਹੈ, ਅਤੇ ਇਹਦੀ ਖਾਸੀਅਤ ਬੱਚੇ ਗਾਂ ਬਹੁਤ ਵਧੀਆ ਬਰੀਡਿੰਗ ਕਰ ਰਹੇ ਜੀ। ਹਾਂਜੀ, ਵੀ ਮਜ਼ਬੂਤੀ ਬਹੁਤ ਆ ਰਹੀ ਹੈ ਬੱਚਿਆਂ 'ਚ, ਹਾਈਟ ਬਹੁਤ ਕਰ ਰਹੇ ਆ ਬੱਚੇ, ਅਤੇ ਸੁਨੱਖੇ ਵੀ ਬਹੁਤ ਆ ਰਹੇ, ਅਤੇ ਸਪੈਸ਼ਲ ਇਹ ਆ ਵੀ ਬਲੇਜ਼ ਬਹੁਤ ਆ ਰਹੇ ਇਹਦੇ ਬੱਚਿਆਂ ਦੇ। ਅੱਛਾ ਜੀ, ਇੱਕ ਹੋਰ ਚੀਜ਼ ਕਿ ਇਹਨੂੰ ਸਾਂਭਣ ਦੇ ਲਈ ਕਿੰਨੀ ਮਿਹਨਤ ਲੱਗਦੀ ਆ? ਜਿਵੇਂ ਤੁਸੀਂ ਇੱਥੇ ਅਸੀਂ ਵੇਖਿਆ ਵੀ ਤੁਸੀਂ ਕਿਹਾ ਵੀ ਅਸੀਂ ਉਦੋਂ ਹੀ ਇਹਨੂੰ ਬਾਹਰ ਲੈ ਕੇ ਆਉਣਾ ਵੀ ਜਦੋਂ ਇਹ ਪੂਰਾ ਤਿਆਰ ਹੋ ਜੂਗਾ, ਜਾਂ ਠੰਡ 'ਚ ਨਹੀਂ ਅਸੀਂ ਇਹਨੂੰ ਲੈ ਕੇ ਆ ਸਕਦੇ, ਹੈ ਨਾ, ਵੀ ਬਿਮਾਰ ਨਾ ਹੋ ਜੇ, ਉਹਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਆ ਇਹਨੂੰ ਹਰ ਟਾਈਮ ਐਨ ਫਿੱਟ ਫੈਟ ਰੱਖਣ ਦੇ ਲਈ? ਮਿਹਨਤ ਤਾਂ ਐਂ ਜੀ, ਜਦੋਂ ਦਾ ਇਹ ਲਿਆ ਆ ਉਦੋਂ ਤੋਂ ਮੇਰੇ ਫਾਦਰ ਸਾਹਿਬ ਨੇ ਸਾਰੀ ਕਬੀਲਦਾਰੀ ਮੇਰੇ 'ਤੇ ਕਰਤੀ ਹੈ ਜੀ, ਅਤੇ ਉਹਨਾਂ ਦਾ ਸਿਰਫ ਧਿਆਨ ਇਹਦੇ 'ਤੇ ਹੀ ਆ। ਜਿੰਨਾ ਵੀ ਜੋ ਦੇਖਣਾ ਫਾਦਰ ਸਾਹਿਬ ਸਾਰਾ ਦਿਨ ਹੀ ਇਹਦੇ ਇਹਨਾਂ 'ਚ ਹੀ ਰਹਿੰਦੇ ਆ ਘੋੜਿਆਂ 'ਚ। ਠੀਕ ਹੈ ਜੀ, ਅਤੇ ਹੋਰ ਉਹਨਾਂ ਨੂੰ ਕਿਸੇ ਕੰਮ ਦਾ ਹੈ ਨਹੀਂ, ਕੋਈ ਖੇਤੀਬਾੜੀ ਦਾ ਕੰਮ ਦਾ ਹੈ ਨਹੀਂ ਗਈ, ਉਹ ਮੇਰੇ ਤਾਇਆ ਜੀ ਅਤੇ ਮੈਂ ਦੇਖਦੇ ਹਾਂ, ਹੈ ਨਾ, ਬਾਕੀ ਜੋ ਘਰ ਦੇ ਕੰਮ ਆ ਉਹ ਮੈਂ ਅਤੇ ਮੇਰੇ ਤਾਇਆ ਜੀ ਨੇ ਕਰਨੇ ਆ, ਉਹ ਸਾਰਾ ਦਿਨ ਹੀ ਇਹਨਾਂ 'ਤੇ ਰਹਿੰਦੇ ਆ। ਅਤੇ ਤੁਸੀਂ ਸੋਚ ਲਓ ਵੀ ਹੁਣ ਆਪੇ ਵੀ ਕਿੰਨਾ ਟਾਈਮ ਅਤੇ ਕਿੰਨੀ ਮਿਹਨਤ ਲੱਗਦੀ ਹੈ ਇਹਨਾਂ ਨੂੰ ਤਿਆਰ ਕਰਨ 'ਤੇ ਜੀ। ਕੋਮਲ, ਕੀ ਖੁਰਾਕ ਹੈ ਸ਼ਾਨ ਦੀ, ਕੀ ਲੈਂਦਾ ਸਵੇਰੇ ਦੁਪਹਿਰੇ ਸ਼ਾਮ ਨੂੰ, ਕਿਸ ਤਰੀਕੇ ਦੀ ਡਾਈਟ ਹੈ? ਆਪਾਂ ਗਰਮੀ ਅਤੇ ਸਰਦੀ ਦੀ ਡਾਈਟ ਬਦਲ ਦਿੰਦੇ ਹਾਂ। ਜਿਵੇਂ ਸਰਦੀ 'ਚ ਕੀ ਹੁੰਦਾ, ਆਪਾਂ ਗਰਮ ਚੀਜ਼ਾਂ ਪਾ ਸਕਦੇ ਹਾਂ, ਤਾਂ ਉਹਦੇ ਉਦੋਂ ਆਪਾਂ ਬੋਇਲ ਕਰਕੇ ਦਾਣਾ ਪਾਉਂਦੇ ਹਾਂ, ਜਿਵੇਂ ਮੋਠ ਹੋ ਗਿਆ, ਸੋਇਆਬੀਨ ਹੋ ਗਈ, ਚਣੇ ਹੋ ਗਏ, ਸਾਰਾ ਕੁਛ ਬੋਇਲ ਕਰਕੇ ਇਹਨੂੰ ਪਾਉਂਦੇ ਹਾਂ, ਅਤੇ ਉੱਦਾਂ ਇਹਦੀ ਉਹਦਾ ਆਪਾਂ ਮੋਰਨਿੰਗ ਰੂਟੀਨ ਹੋ ਗਈ। ਸ਼ਾਮ ਨੂੰ ਆਪਾਂ ਇਹਦਾ ਘਰ ਦਾਣਾ ਤਿਆਰ ਕੀਤਾ ਹੋਇਆ, ਤਾਂ ਉਹ ਵਾਲੀ ਡਾਈਟ ਪਾਉਂਦੇ ਹਾਂ। ਠੀਕ ਹੈ, ਇਹਨੂੰ ਫਿਰ ਮਾਲਿਸ਼ ਵਗੈਰਾ ਇਹਦੀ ਕਰਦੇ ਰਹਿੰਦੇ ਹੋ, ਜਾਂ ਕਿਸ ਤਰੀਕੇ ਸਜਾ ਕੇ ਕਿਵੇਂ ਰੱਖਣਾ ਪੈਂਦਾ? ਸਜਾ ਕੇ ਇੱਦਾਂ ਹੈ ਕਿ ਆਪਾਂ ਇਹਨਾਂ 'ਤੇ ਪਹਿਲਾਂ ਖਰਖਰਾ ਕਰਦੇ ਹਾਂ, ਮਤਲਬ ਗਰੂਮਿੰਗ ਜਿਹਨੂੰ ਕਹਿੰਦੇ ਆ, ਉਸ ਤੋਂ ਬਾਅਦ ਆਪਾਂ ਹੱਥ ਮਾਲਿਸ਼ ਕਰਦੇ ਹਾਂ, ਕਿਉਂਕਿ ਆਪਾਂ ਤੁਸੀਂ ਅਕਸਰ ਹੀ ਸੁਣਿਆ ਹੋਊਗਾ ਘੋੜਾ ਅਤੇ ਫੋੜਾ ਪਲੋਸੇ ਹੀ ਵੱਧਦੇ ਆ, ਅਤੇ ਉਹ ਆਏ ਆ ਕਿ ਜਿੰਨਾ ਇਹਤੇ ਹੱਥ ਮਾਰਾਂਗੇ, ਜਿੰਨੀ ਇਹਦੀ ਮਾਲਿਸ਼ ਕਰਾਂਗੇ, ਉੰਨੀ ਇਹਦੀ ਸਕਿਨ ਕੋਟ ਵਧੀਆ ਹੋਊਗਾ ਅਤੇ ਉੰਨੀ ਇਹਦੀ ਚਮਕ ਆਊਗੀ। ਹਾਂਜੀ, ਕਿੰਨੇ ਜਾਣਿਆਂ ਦੀ ਮਿਹਨਤ ਹੁੰਦੀ ਹੈ ਪਿੱਛੇ ਇੱਕ ਘੋੜੇ ਦੇ ਪਿੱਛੇ? ਕਿਉਂਕਿ ਅੱਜ ਤੁਸੀਂ 3 ਜਾਣੇ ਤਾਂ ਤੁਸੀਂ ਇੱਥੇ ਖੜੇ ਹੋ, 4-5 ਹੋਰ ਸੀਗੇ, ਫਿਰ ਅੰਦਰ ਵੀ ਬਹੁਤ ਸਾਰੇ ਜਾਣੇ ਸੀਗੇ, ਕਿੰਨੇ ਜਾਣੇ ਦੀ ਇੱਕ ਟੀਮ ਪ੍ਰੋਪਰ ਇੱਕ ਘੋੜੇ ਦੇ ਪਿੱਛੇ ਲੱਗੀ ਹੁੰਦੀ ਹੈ? ਮਿਹਨਤ ਤਾਂ ਦੇਖੋ ਜੀ ਸਾਰੇ ਪਰਿਵਾਰ ਦੀ ਹੀ ਹੁੰਦੀ ਹੈ ਜੀ, ਚਾਹੇ ਲੇਡੀਜ਼ ਘਰ ਦੀਆਂ ਲਾ ਲਓ, ਚਾਹੇ ਜੈਂਟਸ ਲਾ ਲਓ। ਹੁਣ ਜਿਵੇਂ ਕਿ ਲੇਡੀਜ਼ ਦੀ ਇਹ ਮਿਹਨਤ ਆ ਵੀ ਦਾਣਾ ਵਗੈਰਾ, ਦੁੱਧ ਵਗੈਰਾ ਉਹਨਾਂ ਨੇ ਹੀ ਤਿਆਰ ਕਰਨਾ, ਉਹਨਾਂ ਹੀ ਰਿੰਨਣਾ ਹੈ। ਠੀਕ ਹੈ, ਅਤੇ ਫਾਦਰ ਸਾਹਿਬ ਹੋਰਾਂ ਨੇ ਨਾਲ, ਸਾਡੇ 4 ਸੀਰੀਏ ਹੀ ਉਹਨਾਂ ਦੀ ਟੀਮ ਆ, ਫਾਦਰ ਸਾਹਿਬ ਹੋ ਰਹੇ ਆ, ਉਹਨਾਂ ਨੇ ਆਪ ਹੀ ਦਾਣਾ ਪਾਉਣਾ ਹੈ, ਮਤਲਬ ਸੀਰੀ ਨਿਸ਼ਾ ਸਪੈਸ਼ਲੀ ਥਾਂ
ਸਪੈਸ਼ਲੀ ਸ਼ਾਨ ਨੂੰ ਤਾਂ ਮੇਰੇ ਫਾਦਰ ਸਾਹਿਬ ਨੇ ਖੁਦ ਦਾਣਾ ਪਾਉਣਾ ਅਤੇ ਜਾਂ ਕੋਮਲ ਨੇ ਪਾਉਣਾ ਹੈ ਅਤੇ ਚਾਰ ਬੰਦਿਆਂ ਦੀ ਟੀਮ ਹੈ ਜੋ ਸਾਰੇ ਘੋੜੇ ਘੋੜਿਆਂ ਦੀ ਗਰੂਮਿੰਗ ਵਗੈਰਾ ਮਾਲਿਸ਼ ਨਵਾਉਣਾ ਉਹਨਾਂ ਨੇ ਕਰਨਾ ਅਤੇ ਮੇਨਲੀ ਤਾਂ ਇਹ ਵੀ ਸਾਰੇ ਪਰਿਵਾਰ ਦਾ ਸਹਿਯੋਗ ਹੁੰਦਾ ਫਿਰ ਹੀ ਘੋੜੇ ਤਿਆਰ ਹੁੰਦੇ ਹੀ ਉਵੇਂ ਮਤਲਬ ਇਕੱਲਾ ਬੰਦਾ ਨਹੀਂ ਤਿਆਰ ਕਰ ਸਕਦਾ ਉਹ ਜਿਵੇਂ ਕਹਿ ਦਈਏ ਨਾ ਵੀ ਇਹ ਕਿਸੇ ਕਰਮ ਵਾਲੇ ਦੇ ਘਰ ਹੀ ਹੁੰਦੇ ਆ ਅਤੇ ਉਹ ਵਾਕਈ ਕਰਮ ਵਾਲਾ ਘਰ ਹੁੰਦਾ ਜਿਹਦੇ ਘਰੇ ਘੋੜੇ ਹੁੰਦੇ ਆ ਅਤੇ ਸਪੈਸ਼ਲੀ ਘੋੜਾ ਜਿਹਦੇ ਘਰੇ ਤਿਆਰ ਹੁੰਦਾ ਹੈ। ਇੱਕ ਮੈਨੂੰ ਯਾਦ ਆਈ ਟਰਮ ਵੀ ਜਦੋਂ ਆਪਾਂ ਗੱਡੀਆਂ ਖਰੀਦਦੇ ਹਾਂ ਨਾ ਤਾਂ ਉਦੋਂ ਆਪਾਂ ਜਨਰਲੀ ਬੋਲਦੇ ਹਾਂ ਵੀ ਇਹਦੀ ਹਾਰਸ ਪਾਵਰ ਕਿੰਨੀ ਕੁ ਹੈ, ਹੈ ਨਾ, ਇਹਦੀ ਜ਼ਿਆਦਾ ਇਹਦੀ ਘੱਟ ਹੈ, ਅਤੇ ਫਿਰ ਹਾਰਸ ਦੀ ਪਾਵਰ ਕਿੰਨੀ ਹੋਊਗੀ ਜੇ ਆਪਾਂ ਗੱਡੀਆਂ ਦੇ ਵਿੱਚ ਆਰਟੀਫਿਸ਼ਲੀ ਉਹ ਚੀਜ਼ ਪਾ ਰਹੇ ਹਾਂ, ਹੈ ਨਾ, ਕਿੰਨਾ ਕੁ ਮਜ਼ਬੂਤ ਹੈ, ਇਹਦੀ ਮਜ਼ਬੂਤੀ ਨੂੰ ਕਿਵੇਂ ਆਪਾਂ ਬਿਆਨ ਕਰ ਸਕਦੇ ਹਾਂ? ਮਜ਼ਬੂਤੀ ਨੂੰ ਬਿਆਨ ਇਹ ਦੇਖ ਲਓ ਜੀ, ਬਹੁਤ ਘੋੜੇ ਆਏ ਇੱਥੇ, ਸਭ ਦੇ ਘੋੜੇ ਬਹੁਤ ਚੰਗੇ ਆ, ਪਰ ਤੁਸੀਂ ਨੋਟ ਕਰਿਓ ਵੀ ਇਹਦੇ ਜਿੰਨੀ ਮਜ਼ਬੂਤੀ ਅਤੇ ਗਾਂ ਇਹਦੇ ਬੱਚਿਆਂ ਜਿੰਨੀ ਮਜ਼ਬੂਤੀ ਕਿਸੇ ਘੋੜੇ 'ਚ ਨਹੀਂ ਹੈਗੀ। ਬਹੁਤ ਹੀ ਬੰਦੇ ਬਹੁਤ ਪੁਰਾਣੇ ਬਰੀਡਰ ਆ ਜੋ ਅਕਸਰ ਹੀ ਸਾਡੇ ਫਾਰਮ 'ਤੇ ਵਿਜ਼ਿਟ ਕਰਦੇ ਆ ਅਤੇ ਉਹ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੇ ਯਾਰ ਮਜ਼ਬੂਤੀ ਬਹੁਤ ਆ, ਹਿੱਕ ਦੇਖ ਲਓ, ਅੰਗ ਪੈਰ ਲੱਤਾਂ ਦੇਖ ਲਓ ਵੀ ਕਿੰਨੀਆਂ ਭਾਰੀਆਂ, ਹੈ ਨਾ, ਕਿੰਨਾ ਖੁੱਲ੍ਹਣ, ਪੂਰਾ ਖੁੱਲ੍ਹੇ ਡੁੱਲੇ ਬੋਡੀ ਸਟਰਕਚਰ ਦਾ ਘੋੜਾ ਵੀ, ਪੂਰੇ ਹੱਡ ਮਜ਼ਬੂਤ ਆ। ਮੈਂ ਇਹ ਵੀ ਚਾਹੂੰਗੀ ਕਿ ਤੁਸੀਂ ਇੱਕ ਵਾਰ ਸਾਨੂੰ ਜ਼ਰੂਰ ਟੈਕਨੀਕਲੀ ਵਰਡਸ ਦੱਸਿਓ ਵੀ ਘੋੜੇ ਦੀ ਕਿਹੜੀ ਚੀਜ਼ ਨੂੰ ਕਿਹੜੇ ਪਾਰਟ ਨੂੰ ਕੀ ਕਿਹਾ ਜਾਂਦਾ ਹੈ, ਜੇ ਤੁਸੀਂ ਦੱਸ ਸਕੋ ਜਿਹੜਾ ਵੀ ਤੁਹਾਡੇ 'ਚੋਂ ਉਹ ਪਲੀਜ਼ ਤੁਸੀਂ ਦੱਸਿਓ ਵੀ ਉਹਦੀ ਸਪੈਸ਼ਲਿਟੀ ਕੀ ਹੈ, ਕਿਸ ਹਿਸਾਬ ਨਾਲ। ਆਪਾਂ ਅਕਸਰ ਘੋੜੇ ਦੇਖਦੇ ਹਾਂ ਥੋਰੋ ਘੋੜੇ ਜਾਂ ਜਿਪਸੀ ਘੋੜੇ, ਜਿਹੜੀ ਬਾਹਰ ਦੀਆਂ ਬਰੀਡਸ ਆ, ਉਹਨਾਂ ਦੇ ਕੰਨ ਹੁੰਦੇ ਆ ਸਿੱਧੇ। ਮਾਰਵਾੜੀ ਬਰੀਡ ਦੀ ਸਪੈਸ਼ਲਿਟੀ ਇਹ ਆ, ਇਹਨਾਂ ਦੇ ਕੰਨ 'ਚ ਹਾਰਟ ਸ਼ੇਪਡ ਹੁੰਦੇ ਆ, ਇਹਨਾਂ ਦੇ ਕੰਨ ਦੇ ਵਿਚਕਾਰ ਦਿਲ ਬਣਦਾ, ਇਹ ਸਭ ਤੋਂ ਵੱਡੀ ਸਪੈਸ਼ਲਿਟੀ ਆ ਮਾਰਵਾੜੀ ਬਰੀਡ ਦੀ। ਐਂਡ ਕਈ ਵਾਰੀ ਇੱਦਾਂ ਵੀ ਹੋਇਆ ਕਿ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਹ ਕਈ ਮਤਲਬ ਫੋਰਨਰਸ ਦੇਖਦੇ ਆ, ਤਾਂ ਉਹਨਾਂ ਨੂੰ ਐਂ ਹੁੰਦਾ ਕਿ ਆਰਟੀਫਿਸ਼ਲ ਈਅਰਸ ਆ, ਬਟ ਨਹੀਂ, ਇਹਦੀ ਸਪੈਸ਼ਲਿਟੀ ਬਰੀਡ ਦੀ ਇਹ ਹੈ ਕਿ ਇਹਨਾਂ ਦੇ ਵਿਚਕਾਰ ਦਿਲ ਬਣਦਾ। ਫਿਰ ਦੇਖੋ ਇਹਦੀ ਨੈਕ ਕਨਫਰਮੇਸ਼ਨ, ਨੈਕ ਅੱਗੋਂ ਪਤਲੀ ਹੋਣੀ ਚਾਹੀਦੀ ਆ, ਥੱਲੋਂ ਮਤਲਬ ਗਲਾਸ ਸ਼ੇਪ ਹੋਣੀ ਚਾਹੀਦੀ ਆ, ਉੱਤੋਂ ਪਤਲੀ ਅਤੇ ਥੱਲੋਂ ਮੋਟੀ। ਫਿਰ ਇਹਦੀ ਛਾਤੀ ਦੇਖੋ, ਇਹਦੀ ਛਾਤੀ ਘੋੜੇ ਦੀ ਹਮੇਸ਼ਾ ਚੌੜੀ ਹੋਣੀ ਚਾਹੀਦੀ ਆ। ਕਈ ਘੋੜੇ ਹੁੰਦੇ ਆ ਜਿਨ੍ਹਾਂ ਦੀ ਮਤਲਬ ਬਿਊਟੀ 'ਚ ਬਹੁਤ ਹੁੰਦੀ ਆ, ਬਟ ਉਹਨਾਂ 'ਚ ਛਾਤੀ ਚੌੜੀ ਨਹੀਂ ਹੁੰਦੀ ਅਤੇ ਉਹਨਾਂ ਦੇ ਮਜ਼ਬੂਤੀ ਵੀ ਨਹੀਂ ਹੁੰਦੀ। ਮਜ਼ਬੂਤੀ ਦਾ ਸੈਂਸ ਕਿ ਇਹਦੇ ਹੱਡ ਪੈਰ ਦੇਖੋ, ਦੇਖਣ ਵਾਲੇ ਨੂੰ ਕਦੇ ਕਦੇ ਭੁਲੇਖਾ ਪੈ ਜਾਂਦੇ ਕਿ ਸ਼ਾਇਦ ਇਹਦੇ ਸਵੈਲਿੰਗ ਹੈ, ਬਟ ਅਗਰ ਤੁਸੀਂ ਟੱਚ ਕਰਕੇ ਦੇਖੋਗੇ ਇਹਦੇ ਗੋਡੇ ਹੀ ਐਡੇ ਕਹਿ ਕਿ ਮਤਲਬ ਇਹ 'ਚ ਬਹੁਤ ਜ਼ਿਆਦਾ ਸਟਰੈਂਥ ਆ ਅਤੇ ਇਹ ਬਹੁਤ ਜ਼ਿਆਦਾ ਮਜ਼ਬੂਤ ਆ। ਫਿਰ ਇਹਦੇ ਹੂਫਸ ਦੇਖ ਲਓ, ਹੂਫਸ ਪਰਫੈਕਟ ਹੋਣੇ ਚਾਹੀਦੇ ਆ, ਠੀਕ ਹੈ, ਉਹ ਇੱਦਾਂ ਕਿ 45 ਡਿਗਰੀ ਦਾ ਐਂਗਲ ਹੁੰਦਾ ਤਾਂ ਆਪਾਂ ਨੂੰ ਉਹਨਾਂ ਰੱਖਣਾ ਪੈਂਦਾ, ਐਂ ਨਹੀਂ ਕਿ ਆਪਾਂ ਪੈਰ ਐਂ ਬਣਾ ਦਾਂਗੇ, ਆਪਾਂ ਐਂਗਲ ਚੈੱਕ ਕਰਕੇ ਪੈਰ ਬਣਾਉਣਾ, ਅਗਲੇ ਦਾ ਵੀ 45 ਹੋਵੇ, ਪਿਛਲੇ ਦਾ ਵੀ 45 ਹੋਵੇ। ਫਿਰ ਇਹਨਾਂ ਦੇ ਕੰਨ ਦੇ ਮਤਲਬ 9 ਤੋਂ 9 ਤੋਂ ਲੈ ਕੇ 15 ਸੈਂਟੀਮੀਟਰ ਤੱਕ ਮਾਰਵਾੜੀ ਘੋੜੇ ਦਾ ਕੰਨ ਹੋਣਾ ਚਾਹੀਦਾ, ਅਤੇ ਜਿਹੜੀ ਇਹਨਾਂ ਦੀ ਨੈੱਕ ਆ ਉਹ ਜਦੋਂ ਇਹ ਐਂ ਮੋੜਦੇ ਆ ਤਾਂ ਉੱਥੇ 45 ਡਿਗਰੀ ਦਾ ਐਂਗਲ ਬਣਨਾ ਚਾਹੀਦਾ। ਇੱਦਾਂ ਇਹਨਾਂ ਦੇ ਸਾਰੇ ਪਾਰਟਸ 'ਤੇ ਹੈਗੇ, ਜਿਵੇਂ ਲੌਂਗ ਪੈਸਟਨ ਹੋ ਗਿਆ, ਸ਼ੋਰਟ ਪੈਸਟਨ ਹੋ ਗਿਆ, ਹੂਫ ਐਨਾਟੋਮੀ ਹੋ ਗਈ, ਤਾਂ ਉਹ ਸਾਰਾ ਕੁਛ ਆਪਾਂ ਨੂੰ ਦੇਖਣਾ ਪੈਂਦਾ। ਤੁਸੀਂ ਕਿੰਨੇ ਸਾਲ ਦੇ ਹੋ? ਮੈਂ 17 ਸਾਲ। ਇਹ ਇੰਨੀ ਨੌਲੇਜ ਬਰੀਕੀ ਦੇ ਨਾਲ ਇਹ ਪੜ੍ਹਦੇ ਰਹਿੰਦੇ ਹੋ ਜਾਂ ਫਿਰ ਫਾਦਰ ਸਾਹਿਬ ਤੋਂ ਭਰਾ ਤੋਂ ਇਹ ਉੱਥੋਂ ਪਤਾ ਲੱਗਦਾ ਰਹਿੰਦਾ? ਮੈਨੂੰ ਸ਼ੌਂਕ ਵੀ ਹੈ ਐਂਡ ਮੈਨੂੰ ਉਹਨਾਂ ਬਾਰੇ ਰਿਸਰਚ ਕਰਨ ਦਾ ਬਹੁਤ ਸ਼ੌਂਕ ਆ, ਕਿਉਂਕਿ ਮੈਨੂੰ ਇਹ ਬਰੀਡ ਨਾਲ ਦਿਲੋਂ ਪਿਆਰ ਆ ਮੇਰੀ, ਮਤਲਬ ਅਸੀਂ ਜ਼ਿਆਦਾ ਮਾਰਵਾੜੀ ਘੋੜੇ ਤਾਂ ਹੀ ਰੱਖੇ ਹੋਏ ਆ ਕਿਉਂਕਿ ਮੈਨੂੰ ਇਹ ਬਰੀਡ ਬਹੁਤ ਜ਼ਿਆਦਾ ਪਸੰਦ ਆ, ਮੇਰੀ ਪਰਸਨਲ ਫੇਵਰੇਟ ਮਾਰਵਾੜੀ ਬਰੀਡ ਹੀ ਆ। ਓਰੀਜਿਨੇਟ ਤਾਂ ਰਾਜਸਥਾਨ 'ਚ ਹੋਈ ਆ, ਬਟ ਮੈਨੂੰ ਇਸ ਬਰੀਡ 'ਚ ਖਾਸੀਅਤ ਬਹੁਤ ਵਧੀਆ ਲੱਗਦੀ ਹੈ, ਜਿਵੇਂ ਕਿ ਇਹਦਾ ਟੈਂਪਰਾਮੈਂਟ ਬਹੁਤ ਅੱਛਾ ਘੋੜੇ ਦਾ, ਇਹ ਸਮਝਦਾਰ ਬਹੁਤ ਆ ਇਹ ਘੋੜਾ, ਇਹ ਚਾਹੇ ਮਤਲਬ ਆਪਾਂ ਤੁਸੀਂ ਪਿੱਛੇ ਵੀ ਦੇਖਿਆ ਹੋਊਗਾ ਜਦੋਂ ਆਪਾਂ ਇਹਨੂੰ ਕਹਿੰਦੇ ਹਾਂ ਕਿ ਸ਼ਾਂਤ ਹੋ ਜਾ, ਉਦੋਂ ਸ਼ਾਂਤ ਹੋ ਜਾਂਦਾ। ਤੁਹਾਡੇ ਨਾਲ ਗੱਲ ਕਰਦਾ
ਸ਼ਾਮ ਨੂੰ ਜਦੋਂ ਹੀ ਉਹਨਾਂ ਨੇ ਆਵਾਜ਼ ਸੁਣ ਲੈਣੀ ਸ਼ਾਮ ਨੇ ਪਾਪਾ ਦੀ, ਇਹਨੇ ਨਾਲ ਦੀ ਨਾਲ ਹਿਣਕਣਾ ਤੇ ਇਹਨੇ ਆਵਾਜ਼ ਮਾਰਨੀ ਤੇ ਕੋਮਲ ਦਾ ਹਰ ਜਾਨਵਰ ਨਾਲ। ਸੁਬਹਾ ਕੋਮਲ ਨੇ ਸਕੂਲ ਜਾਣ ਲੱਗੇ ਹਰ ਜਾਨਵਰ ਨੂੰ ਬਾਏ ਕਹਿ ਕੇ ਜਾਣੀ, ਨਾਲੇ ਮਿੱਠਾ ਖਵਾ ਕੇ ਜਾਣਾ। ਸਕੂਲੋਂ ਆ ਕੇ ਸ਼ਾਮ ਨੂੰ ਚਾਹੇ ਜਿੰਨਾ ਮਰਜ਼ੀ ਬਿਜ਼ੀ ਸਕੈਜੂਲ ਐਗਜ਼ਾਮ ਚੱਲ ਰਿਹਾ ਹੁਣ ਜਿਵੇਂ ਪਲੱਸ ਟੂ ਚਾਹੇ, ਇਹਨੇ ਫਿਰ ਵੀ ਸ਼ਾਮ ਨੂੰ ਅੱਧਾ ਘੰਟਾ ਆਪਦੇ ਜਾਨਵਰਾਂ 'ਚ ਲਾਉਣਾ ਆ। ਠੀਕ ਹੈ, ਜਿਵੇਂ ਕੋਮਲ ਕਹਿ ਰਹੇ ਸੀਗੇ ਵੀ ਬਹੁਤ ਸਾਰੇ ਲੋਕ ਕਹਿੰਦੇ ਵੀ ਇਹਦੀ ਕੀਮਤ ਕਿੰਨੀ ਆ, ਹਨਾ ਆਉਂਦੇ ਹੋਣੇ ਆ ਬਹੁਤ ਸਾਰੇ ਲੋਕ, ਹੁਣ ਹੁਣ ਮੰਡੀ ਆਈ ਜਿਵੇਂ ਬਹੁਤ ਲੋਕ ਪੁੱਛਦੇ ਆ, ਪਰ ਇਹਦੀ ਤਾਂ ਕੋਈ ਕੀਮਤ ਨਹੀਂ, ਇਹ ਤਾਂ ਅਨਮੁੱਲੀ ਚੀਜ਼ ਹੈ ਜੀ ਸਾਡੇ ਪਰਿਵਾਰ ਦਾ। ਇੱਕ ਹਿਸਾਬ ਲਾ ਲਓ ਵੀ ਇਹ ਸਾਡਾ ਭੈਣ ਭਰਾ ਲਾ ਲਓ ਅਤੇ ਸਾਡੇ ਘਰਦਿਆਂ ਦਾ ਬੱਚਾ ਲਾ ਲਓ, ਅਤੇ ਕਦੇ ਜਵਾਕਾਂ ਦੀ ਕੀਮਤ ਕੋਈ ਮਾਂ ਪਿਓ ਤੈਅ ਨਹੀਂ ਕਰ ਸਕਦਾ। ਸੋ ਮੁੱਕਦੀ ਗੱਲ ਤਾਂ ਇੱਥੇ, ਅਤੇ ਰਹੀ ਗੱਲ ਕੋਮਲ ਦੀ ਨੌਲੇਜ ਦੀ, ਹੁਣ ਤੀਕਰ ਕੋਮਲ ਨੇ 3 ਬੁੱਕਸ ਪੜ੍ਹਤੀਆਂ ਇੰਨੀਆਂ ਇੰਨੀਆਂ ਮੋਟੀਆਂ। ਠੀਕ ਹੈ ਜੀ, ਅਤੇ ਕੋਈ ਵੀ ਬੰਦਾ ਬਹੁਤ ਪੁਰਾਣੇ ਬਰੀਡਰ ਆ, ਠੀਕ ਹੈ, ਅਤੇ ਕੋਈ ਬੰਦਾ ਇਹਨੂੰ ਮੋਸਟਲੀ ਕਿਸੇ ਵੀ ਤਰ੍ਹਾਂ ਦਾ ਕਿਸੇ ਬਰੀਡ ਬਾਰੇ ਪੁੱਛ ਸਕਦਾ, ਬਾਲਾ ਨਾ ਹੋਊਗਾ ਉਹਦੇ 'ਚੋਂ ਇਹਨੂੰ 10-8 ਸਵਾਲ ਤਾਂ ਕੋਮਲ ਨੂੰ ਪਤਾ ਹੀ ਹੋਣਗੇ। ਠੀਕ ਹੈ ਕੋਮਲ, ਫਿਰ ਬੈਸਟ ਬਰੀਡ ਮਾਰਵਾੜੀ ਹੀ ਹੈ ਇਹ ਤੁਹਾਡਾ ਕਹਿਣਾ, ਜਾਂ ਇਹ ਹੈ ਹੀ ਹੈ ਪੱਕਾ? ਇਹ ਹੈਗੀ ਬੈਸਟ ਹੈ, ਮਤਲਬ ਸਾਰੀਆਂ ਬਰੀਡਸ ਦੇਖੋ ਆਪਣੀ ਖਾਸੀਅਤ ਹੁੰਦੀ ਹੈ, ਆਪਾਂ ਕਿਸੇ ਵੀ ਬਰੀਡ ਨੂੰ ਨਿੰਦ ਨਹੀਂ ਸਕਦੇ। ਆਈ ਥਿੰਕ ਉਹਨੇ ਵੀ ਹਾਂ ਕਹਿਤਾ ਵੀ ਨੁਕਰੇ ਘੋੜੇ ਦੀ ਆਪਦੀ ਸਪੈਸ਼ਲਿਟੀ ਹੁੰਦੀ ਹੈ, ਬਟ ਮੇਰੀ ਪਰਸਨਲ ਫੇਵਰੇਟ ਮਾਰਵਾੜੀ ਬਰੀਡ ਹੀ ਹੈ। ਗੱਲ ਟੋਕ ਰਿਹਾ ਸਾਡਾ ਮੇਰੇ ਤਾਏ ਦਾ ਬੇਟਾ ਕਜ਼ਨ ਆ ਮੇਰਾ, ਉਹਦਾ ਬਹੁਤ ਵੱਡਾ ਸਹਿਯੋਗ ਆ ਸ਼ਾਨ ਨੂੰ ਤਿਆਰ ਕਰਨ 'ਚ। ਐਕਚੁਅਲੀ ਉਹ ਕੈਨੇਡਾ ਚਲਾ ਗਿਆ, ਮਤਲਬ 6-7 ਮਹੀਨੇ ਹੋਏ ਆ, ਹੁਣ ਹੀ ਚਲਾ ਗਿਆ। ਪਹਿਲਾਂ ਉਹ ਤੇ ਕੋਮਲ ਹੀ ਮਤਲਬ ਸ਼ਾਨ ਨੂੰ ਸਭ ਸ਼ੋਸ਼ 'ਚ ਲੈ ਕੇ ਜਾਂਦੇ ਸੀ, ਅਸੀਂ ਦੋਨੋਂ ਤਾਂ ਹੁਣ ਹੀ ਆਉਣਾ ਸਟਾਰਟ ਕੀਤਾ ਹੈ, ਸਟੱਡੀ ਕਰਦੇ ਸੀ, ਅਸੀਂ ਤਾਂ ਬਾਹਰ ਸਟੱਡੀ ਕਰਦੇ ਹਾਂ ਤਾਂ ਕਰਕੇ। ਠੀਕ ਹੈ ਹੁਣ ਇਹਨਾਂ ਦੋਨਾਂ ਨੂੰ ਦੇਖ ਕੇ ਸਾਡਾ ਸ਼ੌਂਕ ਵੱਧ ਰਿਹਾ। ਓਕੇ, ਮਤਲਬ ਤਾਂ ਹੀ ਫਿਰ ਕੋਮਲ ਨੂੰ ਇੰਨੀ ਨੌਲੇਜ ਹੈ ਇਹਦੇ ਬਾਰੇ, ਹੈ ਨਾ? ਉਹਨੂੰ ਤੇ ਇਹਨੂੰ ਕੋਮਲ ਨੂੰ ਜ਼ਿਆਦਾ ਨੌਲੇਜ ਆ, ਉਹਨੂੰ ਤੇ ਕੋਮਲ ਨੂੰ ਤਾਂ ਮੋਸਟਲੀ ਹਰ ਬੰਦਾ ਮੰਡੀ 'ਚ ਜਾਣਦਾ ਵੀ ਇਹ। ਜਾਣ ਲਿਆ ਹੋ ਗਿਆ ਕਿ ਕਿੰਨਾ ਕਿੰਨੀ ਲਗਾਵ ਹੈ ਉਸਦਾ ਸ਼ਾਨ ਦੇ ਨਾਲ, ਤੇ ਇਹੀ ਖਾਸੀਅਤ ਹੈ। ਇਹ ਮੁਕਤਸਰ ਦਾ ਪਰਿਵਾਰ ਹੈ ਜਿਹੜੇ ਖਾਸ ਤੌਰ ਤੇ ਮੁਕਤਸਰ ਦੇ ਘੋੜਿਆਂ ਦੇ ਮੇਲੇ ਦੇ ਵਿੱਚ ਇੱਥੇ ਪਹੁੰਚਦੇ ਨੇ, ਹਰ ਸਾਲ ਆਉਂਦੇ ਨੇ ਤੇ ਆਪਣੇ ਘੋੜੇ ਨੂੰ ਆਪਣੇ ਪਰਿਵਾਰਕ ਮੈਂਬਰ ਸ਼ਾਨ ਨੂੰ ਇੱਥੇ ਲੈ ਕੇ ਆਉਂਦੇ ਨੇ ਤੇ ਲੋਕਾਂ ਨੂੰ ਦੱਸਦੇ ਨੇ ਕਿ ਉਹਦੀਆਂ ਸਪੈਸ਼ਲਿਟੀਜ਼ ਕੀ ਨੇ, ਕਿੰਨੀ ਮਜ਼ਬੂਤੀ ਹੈ ਸ਼ਾਨ ਦੇ ਅੰਦਰ, ਤੇ ਬਸ ਇਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਤਰੀਕੇ ਦੇ ਨਾਲ ਪੰਜਾਬ ਦੀ ਵੱਖਰੀ ਤਸਵੀਰ ਹੈ ਕਿ ਪੰਜਾਬ ਦੇ ਵਿੱਚ ਘੋੜਿਆਂ ਨੂੰ ਲੈ ਕੇ ਕਿੰਨਾ ਲਗਾ ਜਿਹੜਾ ਉਹ ਨੌਜਵਾਨਾਂ ਦੇ ਅੰਦਰ ਹੈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਮੈਂ ਨਵਜੋਤ ਕੌਰ, ਸ੍ਰੀ ਮੁਕਤਸਰ ਸਾਹਿਬ।